ਉਹ ਕੀ ਹੋਇਆ, ਭੂਚਾਲ ਆ ਗਿਆ? ਉਡੀ ਗੁੰਡੀ ਆ ਜੀ ਸਰ, ਤੁਹਾਨੂੰ ਡੀਕਦਿਆਂ ਡੀਕਦਿਆਂ ਨੀਂਦ ਆ ਗਈ। ਨੀਂਦ ਆ ਗਈ ਆ, ਨੀਂਦ ਆ ਗਈ। ਛੱਡੋ ਜਨਾਬ, ਮੈਨੂੰ ਛੁੱਟੀ ਦਿੰਦੇ ਆ, ਪੂਰਾ ਚੰਦ ਚੜਿਆ ਤਾਂ ਛੁੱਟੀ ਦਿੰਦੇ ਆ, ਮਿਹਰਬਾਨਾ। ਜਨਾਬ ਮੈਂ ਦੇਵਾਂ ਛੁੱਟੀ ਇਹਨੂੰ। ਉਹ ਸੁਰਤੀ ਨਾਲ ਰਿਹਾ ਕਰ ਤੂੰ ਵੀ ਜੀ। ਜਨਾਬ ਰੋਟੀਆਂ ਬੜੀਆਂ ਖਾਂਦਾ, ਮੇਰੀ ਨਾਲ ਗੱਲ ਸੁਣ। ਹਾਂਜੀ। ਆਪਾਂ ਦੇ ਘਰ ਜਿਹੜਾ ਦੁੱਧ ਲਗਾਉਣਾ, ਹਾਂਜੀ, ਬਹੁਤ ਮਾੜਾ ਆਉਣ ਡਿਆ, ਤੇ ਬਾਜ਼ਾਰ ਦਾ ਦੁੱਧ ਇੰਨਾ ਮਾੜਾ ਏ। ਹਾਂ, ਤੇ ਮੇਰੀ ਗੱਲ ਤੂੰ ਨਾ ਇੱਕ ਮੱਝ ਦਾ ਇੰਤਜ਼ਾਮ ਕਰ। ਬਿਲਕੁਲ ਸਹੀ ਗੱਲ ਹੈ ਜਨਾਬ, ਬਾਜ਼ਾਰ ਦਾ ਦੁੱਧ ਬਹੁਤ ਮਾੜਾ ਹੋਇਆ। ਪਤਾ ਨਹੀਂ ਲੋਕ ਡੰਗਰਾਂ ਨੂੰ ਕੀ ਪਾਈ ਜਾਂਦੇ ਆ। ਆਪਾਂ ਆ ਕਰਦੇ ਛਾਪੜੀ ਜੋ ਪੰਜ ਸੱਜਰ ਸੁਈਆਂ ਡੱਟੀਆਂ ਫੜ ਕੇ ਉਹਨਾਂ ਦਾ ਦੁੱਧ ਚੋ ਕੇ ਤੇ ਅਗਲੇ ਹੋਣੇ। ਹੈ ਬੀਬੀ ਚਤਰੋ ਹੈਗੀ ਆ ਨਾ, ਤੇ ਉਹਨਾਂ ਨੂੰ ਫੋਨ ਲਾ। ਬਿਲਕੁਲ ਸਹੀ ਜਨਾਬ, ਮੈਂ ਕਹਿੰਦਾ ਮੱਝਾਂ ਦਾ ਦੁੱਧ ਮੜਾ ਪਾਇਆ ਕਰਦੇ, ਚਤਰੋ ਨੂੰ ਫੜ ਕੇ ਉਹਦਾ ਹੀ ਦੁੱਧ ਚੋਰੀ। ਇਹਦੀ ਜ਼ਬਾਨ ਬੰਦ ਕਰ, ਚੁੱਪ ਚੁੱਪ ਬੰਦ, ਇਹਦਾ ਡੰਡਾ ਦੇ ਹੋਏ ਸੰਗ ਚ। ਉਹ ਫੋਨ ਕਰ ਚਤਰੋ ਨੂੰ। ਬੀਬੀ ਚਤਰੋ, ਥਾਣੇ ਆ ਜਿਹੜਾ ਜਨਾਬ ਬੁਲਾ ਰਿਹਾ ਤੁਹਾਨੂੰ। ਆਹੋ ਪਹੁੰਚ ਜਾ ਫਿਰ। ਹਾਂ ਠੀਕ ਆ, ਆਉਂਦੀ ਆ ਜਨਾਬ। ਸਲੀਮ ਦੇ ਘਰ ਇੱਕ ਦਸ ਪਈ ਸੀ, ਉੱਧਰ ਵੀ ਚੋਰੀ ਚਾਰੀ ਹੋਈ ਹੈ, ਉੱਧਰ ਜਾ ਕੇ ਆਪਾਂ ਕਾਰਵਾਈ ਕਰਨੀ ਹੈ। ਜਨਾਬ ਸਤਿ ਸ੍ਰੀ ਅਕਾਲ। ਰੋਲਾ ਰੋਲ ਪੈਣਾ ਅੰਦਰ ਛੁੱਟਦਾ ਮੈਂ। ਜਨਾਬ ਦੱਸੋ ਕਿਹੜੇ ਕੰਮ ਸੱਦਿਆ ਮੈਨੂੰ? ਅੱਛਾ ਚਾਚੀ ਚਤਰੋ, ਤੁਹਾਡੀਆਂ ਸਿਫਤਾਂ ਤੇ ਬੜੀਆਂ ਸੁਣੀਆਂ ਪਿੰਡ ਚ। ਥਾਣਾ ਘਰ ਨੀ ਆ ਚਾਚੀ ਚਤਰੋ, ਸਾਨੂੰ ਇੱਕ ਮੱਝ ਚਾਹੀਦੀ ਵਧੀਆ। ਅੱਛਾ ਮੱਝ ਚਾਹੀਦੀ ਹੈ? ਬਾਜ਼ਾਰ ਦਾ ਦੁੱਧ ਪੀ ਪੀ ਕੇ ਨਾ ਬਿਮਾਰ ਹੋ ਗਏ, ਤੈਨੂੰ ਪਤਾ ਬੜਾ ਮਿਲਾਵਟੀ ਆਉਣ ਡਿਆ। ਬਾਜ਼ਾਰ ਦਾ ਦੁੱਧ ਪੀ ਪੀ ਕੇ ਅਸੀਂ ਹੋ ਗਏ ਬਿਮਾਰ। ਅੱਛਾ ਸਾਨੂੰ ਦੁੱਧ ਚਾਹੀਦਾ ਵਧੀਆ ਪਿਓਰ, ਤੇ ਤੇਰੀ ਨਿਗਾਹ 'ਚ ਕੋਈ ਮੱਝ ਵਧੀਆ ਹੋਵੇ। ਮੈਂ ਕਿਹੜੇ ਮੱਝੀ ਦਵਾਵਾਂ ਥਾਣੇਦਾਰ ਸਾਹਿਬ, ਗੱਲ ਸੁਣੋ। ਮੇਰੀ ਭੈਣ ਆ ਅਤਰੋ, ਜਿਹੜਾ ਦੁੱਧ ਪੀਊਗਾ ਨਾ ਯਾਦ ਰੱਖੂਗਾ। ਵੇਖੋ ਜਨਾਬ,
ਮੈਂ ਜਾ ਕੇ ਗੱਲ ਕਰਦੀ ਆ ਤੇ ਤੁਸੀਂ ਆਪਦੇ ਮੁਲਾਜ਼ਮ ਭੇਜ ਕੇ ਮੱਝ ਲੈ ਆਓ ਘਰ ਉਹ ਫਿਰ ਨੀ ਪਿੰਡ ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ ਮੱਝ ਕੋ ਗਾਣਾ ਆਏ ਜਾਣਾ ਆਏ ਗਾਣਾ ਚਾਹੀਏ ਰਾਮੂ ਆਜੀ ਬਾਜੀ ਉਹ ਮੱਜ ਕੋ ਗਾਣਾ ਆਏ ਜਾਣਾ ਆਏ ਗਾਣਾ ਚਾਹੀਏ ਪਿੱਛੇ ਕਰੋ ਬੱਲੇ ਰਾਮੂ ਰਾਮੂ ਕੀ ਹਾਲ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆ ਮੇਰੀ ਗੱਲ ਸੁਣ ਇਹਨੂੰ ਨਵਾਉਂਦਾ ਨੀ ਦਾਦੂ ਨਵਾਉਂਦੀ ਗੀ ਭਾਜੀ ਅੱਜ ਫਿਰ ਨਾ ਨਵਾਉਂਦੀ ਗੀ ਲੱਗੀ ਗੀ ਨਵਾਉਂਦੀ ਹੈਗੀ ਨਵਾਉਂਦੀ ਹੋ ਗਈ ਨਾ ਆਪ ਨਵਾਉਣਾ ਮੈਨੂੰ ਨਵਾਉਣਾ ਵਾ ਸਾਰੀ ਸਾਰੀ ਦਿਹਾੜੀ ਵਿਹਲਾ ਘੁੰਮਦਾ ਸਾਰੀ ਦਿਹਾੜੀ ਵਿਹਲਾ ਇਹਦੇ ਕੰਮ ਕਰਦਾ ਇੱਕ ਓਏ ਦੁੱਧ ਦਿੰਦੀ ਹੈ ਕਿ ਨਹੀਂ ਦਿੰਦੀ ਦੁੱਧ ਨਹੀਂ ਦਿੰਦਾ ਹੈਗਾ ਭਾਜੀ ਦੁੱਧ ਕਿੱਥੋਂ ਦਿੰਦਾ ਹੈਗੀ ਦੁੱਧ ਨਹੀਂ ਦਿੰਦਾ ਨਹੀਂ ਇਹਨਾਂ ਨਾਲ ਪੱਠਾ ਭਰ ਕੇ ਖਵਾਉਂਦੀ ਗੀ ਆ ਨਹੀਂ ਦਿੰਦਾ ਹੈਗੀ ਦੁੱਧ ਆਹ ਨਵਾਉਂਦੇ ਤੇ ਉੱਤੇ ਲੱਛਣ ਹੈਗੇ ਆ ਕਿੱਦਾਂ ਦਾਗ ਲੱਗੇ ਆ ਕੀ ਪਤਾ ਕਦੋਂ ਦੀ ਨਵਾਈ ਆ ਉਹ ਮੇਰੀ ਗੱਲ ਸੁਣ ਸੰਦੇਸ਼ ਉਹ ਚਾਚੀ ਆ ਤੈਨੂੰ ਫੋਨ ਕਰਕੇ ਪੁੱਛੀਏ ਪਹਿਲਾਂ ਆਹੋ ਵੰਗਾਰ ਵੀ ਪਾਈ ਤੇ ਆਹ ਕੀ ਦਿੱਤਾ ਸਾਨੂੰ ਪਸ਼ੂ ਦੀ ਕਿਉਂ ਨਹੀਂ ਹੈ ਮੈਂ ਤਾਂ ਨਵਾਉਂਦੀ ਵੀ ਗੀ ਇਹਨੂੰ ਗਾਣਾ ਵੀ ਸੁਣਾਉਂਦੀ ਹੈਗੀ ਉਹ ਠੰਡੇ ਠੰਡੇ ਫੋਨ ਕਰਨ ਲੱਗੀ ਗੀ ਹਾਂ ਮੈਂ ਚੁੱਪ ਕਰ ਜਾਂਦੀ ਗੀ ਰੋਜ਼ਾ ਮੇਰੀ ਗੱਲ ਸੁਣ ਉਹ ਆ ਹੀ ਗਈ ਆ ਵੰਗਾਰ ਪਾਈ ਆ ਕੀ ਦੇਗੀ ਸਾਨੂੰ ਕਿਉਂ ਵੇ ਮੱਝ ਚੰਗੀ ਪਈ ਆ ਮੱਝ ਦੀਆਂ ਅੱਖਾਂ ਵੀ ਚੰਗੀਆਂ ਕੰਨਾਂ ਸੁਣਦੀ ਵੀ ਆ ਹੈ ਤੇ ਮੱਝ ਨੂੰ ਕੀ ਮੈਂ ਹੋਈ ਗੋਲੀ ਮੈਂ ਚਾਚੀ ਤੇਰੀ ਗੱਲ ਸਾਰੀ ਸਹਿਮਤ ਕਰ ਅੱਖਾਂ ਵੀ ਸੋਹਣੀਆਂ ਸੁਣਦੀ ਵੀ ਆ ਇਹ ਦੁੱਧ ਕਿਉਂ ਨਹੀਂ ਦਿੰਦੀ ਮੱਝ ਤੋਕੜ ਦੇਤੀ ਇਹਨੇ ਮੈਂ ਨਾ ਮੱਝ ਸੱਜਣ ਵਾ ਇਹ ਦੱਸੋ ਮੈਨੂੰ ਸਾਹਿਬ ਬਹਾਦਰ ਤੁਸੀਂ ਮੱਝ ਨੂੰ ਪੱਠੇ ਤਾਜ਼ੇ ਪਾਉਂਦੇ ਹੋ ਓਏ ਪੱਠੇ ਪਾਉਂਦਾ ਤਾਜ਼ੇ ਪੱਠਾ ਮੈਂ ਬੜਾ ਤਾਜ਼ਾ ਪਾਉਂਦੀ ਗੀ ਅੱਛਾ ਇਹ ਦੱਸੋ ਵੀ ਮੱਝ ਤੁਸੀਂ ਟਾਈਮ ਸਿਰ ਨਵਾਉਂਦੇ ਜੋ ਨਵਾਉਂਦੇ ਗੀ ਨਵਾਉਣ ਤੇ ਤੁਹਾਡੇ ਸਾਹਮਣੇ ਨਵਾਉਣ ਡਿਆ ਤੇ ਮੱਝ ਨੂੰ ਇਹ ਦੱਸੋ ਵੀ ਗਿੱਲੇ ਥਾਂ ਤੇ ਸੁੱਕੇ ਥਾਂ ਤੇ ਕਰਦੇ ਹੋ ਹਾਂ ਕਰਦੀ ਗੀ ਆ ਕਰਦੀ ਗੀ ਤੇ ਇਹ ਮੱਝ ਪਸਮਦੀ ਨਹੀਂ ਗੀ ਇਹ ਮੱਝ ਨਹੀਂ ਪਸਮਦੀ ਹੈ ਤੇ ਜੇ ਵੰਗਾਰ ਵੀ ਪਾਈ ਤੇ ਸਾਨੂੰ ਆਹ ਕੋਈ ਦੇਣਾ ਹੀ ਅੱਛਾ ਤੁਹਾਡੀ ਇਹ ਜਿਹੜੀ ਇਹ ਸਾਹਿਬ ਬਹਾਦਰ ਜਿਹੜੀ ਮੈਂ ਦਿੱਤੀ ਮੱਝ ਇਹ ਪਸਮਦੀ ਨਹੀਂ ਗੀ ਇਤਰਾ ਕਰੋ ਇਤਰਾ ਕਰੋ ਮੇਰੀ ਗੱਲ ਮੰਨ ਲਓ ਕਿਹੜਾ ਵਰਦੀ ਪਾ ਕੇ ਮੱਝ ਦੇ ਸਾਹਮਣੇ ਖੜ ਜਾਓ ਤੇ ਮੱਝ 5 ਮਿੰਟਾਂ ਦੇ ਵਿੱਚ ਪਸਮ ਪੈਣੀ ਆ ਮੱਝ 5 ਮਿੰਟਾਂ ਹੀ ਪਸਮ ਜਾਣੀ ਆ ਆਹੋ ਉਹ ਕਿੱਦਾਂ ਉਹ ਇਦਾਂ ਵਾ ਪੁੱਤ ਤੁਹਾਡੀਆਂ ਵਰਦੀਆਂ ਵੇਖ ਕੇ ਵੱਡੀਆਂ ਵੱਡੀਆਂ ਸਾਮੀਆਂ ਪਸੰਦ ਪੈਂਦੀਆਂ ਤੇ ਮੱਝ ਕੀ ਚੀਜ਼ ਵਾ ਤੁਸੀਂ ਗਏ ਸੀ ਉੱਧਰ ਅੱਜ ਉਹ ਗਿਆ ਸੀ ਮਾਰ ਕੇ ਆਏ ਛਾਪਾ ਕਿ ਨਹੀਂ
ਮੈਂ ਗਿਆ ਪਰ ਬੰਦੇ ਨਿਕਲ ਗਏ ਥੋਂ ਬੰਦੇ ਚਲੋ ਧਿਆਨ ਰੱਖੋ ਹੁਣ ਕੋਈ ਆਇਆ ਨਹੀਂ ਆ ਮੈਂ ਕਿਹਾ ਉਧਰ ਮਾਰੋ ਧਿਆਨ ਮੜਾਇਆ ਹੈ ਹਾਂ ਜ਼ਰੂਰ ਜ਼ਰੂਰ ਚੱਲਿਆ ਵੀ ਸਾਮੀ ਨਹੀਂ ਆਈ ਮਾਰੋ ਮਾਰੋ ਧਿਆਨ ਚਾਚੇ ਫੌਜੀ ਦਾ ਡਰਦਾ ਚੱਲ ਚੱਲ ਨਾਲ ਤੁਸੀਂ ਮੈਂ ਹਾਂ ਮੈਂ ਫੌਜੀ ਆਪਣੇ ਦੇਸ਼ ਦੇ ਰੱਖੇ ਗਏ ਬੰਦੇ ਨੇ ਇਹਨਾਂ ਨੂੰ ਨੀ ਕਹਿਣਾ ਕੁਛ ਵੀ ਫੌਜੀ ਸਾਹਿਬ ਗਲਤੀ ਹੋ ਗਈ ਚਲੋ ਕੋਈ ਨੀ ਜਾਓ ਤੁਸੀਂ ਚੱਲ ਕਾਕਾ ਚੱਲ ਕੋਈ ਗੱਲ ਨੀ ਜਾਣ ਦੋ ਕਾਕਾ ਇਹਨਾਂ ਨੂੰ ਤਿੰਨ ਦਿਖੀ ਜਾਂਦੇ ਆ ਵੱਡਿਆਂ ਵੱਡਿਆਂ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਪੁਲਿਸ ਵੇਖ ਕੇ ਸਤਿ ਸ਼੍ਰੀ ਅਕਾਲ ਜਨਾਬ ਕਿੱਥੋਂ ਆਏ ਹੋ ਅਜੀ ਕੰਮ ਗਏ ਆ ਜਿਹੜਾ ਉੱਥੋਂ ਆਏ ਆ ਜੀ ਕਾਹਦਾ ਕੰਮ ਕਰਦੇ ਹੋ ਮਜ਼ਦੂਰੀ ਮਜ਼ਦਾਰੀ ਕਰੀ ਜੀ ਨਾ ਮਜ਼ਦੂਰੀ ਕਰੀ ਦੀ ਹੈ ਜੀ ਉਹ ਕਾਗਜ਼ ਵੇਖੋ ਯਾਰ ਕਾਗਜ਼ ਵੇਖੋ ਇਹਦੇ ਕਾਗਜ਼ ਕਢਵਾ ਕਾਗਜ਼ ਕਢ ਜਨਾਬ ਮਜ਼ਦੂਰੀ ਕਰਕੇ ਆਏ ਆ ਦਿਹਾੜੀਦਾਰ ਬੰਦੇ ਆ ਚਲੋ ਸਾਹਿਬ ਨਾਲ ਗੱਲ ਕਰੋ ਸਾਹਿਬ ਨਾਲ ਗੱਲ ਕਰੋ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਮਹਾਰਾਜ 400 ਰੁਪਇਆ ਦਿਹਾੜੀ ਆ ਤੇ ਤੁਹਾਨੂੰ ਪਤਾ ਖਰਚੇ ਬਹੁਤ ਆ ਤੇ ਜਾਣ ਦਿਓ ਸਾਨੂੰ ਹੈਲਮੈਂਟ ਵੀ ਨਹੀਂ ਪਾਇਆ ਤੁਸੀਂ ਉਹ ਜਨਾਬ ਪਰਨਾ ਵਧਾ ਹੀ ਗਰਮੀ ਲੱਗਣੀ ਲਾ ਲਿਆ ਹੈਲਮੈਟ ਜ਼ਰੂਰੀ ਹੈ ਨਾ ਜੀ ਜੀ ਹੈਲਮੈਟ ਕਿੰਨੇ ਪਾਉਣਾ ਪਰਨਾ ਬੰਨਿਆ ਉਹ ਲਾ ਲਿਆ ਤੇ ਘਰਦਿਆਂ ਨੂੰ ਕੌਣ ਜਵਾਬ ਦਊ ਤੇਰਿਆਂ ਨੂੰ ਚਲੋ ਭੱਜ ਜਾਓ ਚਲੋ ਦੁਬਾਰਾ ਹੈਲਮੈਟ ਦਾ ਨਾ ਪਾਇਆ ਹੋਇਆ ਅੰਦਰ ਸੁੱਟ ਕੇ ਤਾਂ ਰੀਜਨ ਥਾਪੜਾਂਗੇ ਜੀ ਠੀਕ ਹੈ ਜਨਾਬ ਜੇ ਫਸ ਗਈਆਂ ਨਾ ਤੇ ਇਹਨਾਂ ਨੇ ਛੱਡਣਾ ਨੀ ਉਹ ਪੱਪੀ ਸਾਹਿਬ ਦੇ ਬੜੇ ਫੋਨ ਆਉਂਦੇ ਆ ਤੇ ਤੂੰ ਮਾਮਾ ਆਖੇ ਨਹੀਂ ਲੱਗਦਾ ਮੇਰੇ ਮੈਂ ਜਿਹੜਾ ਸਾਰੇ ਕੰਮ ਕਰ ਰਹੇ ਉਦੋਂ ਹੀ ਕਰ ਰਹੇ ਆ ਇਹ ਤੁਹਾਨੂੰ ਪਤਾ ਉੱਤੇ ਹੁੰਦਾ ਹੀ ਆ ਚੱਲ ਠੀਕ ਹੈ ਧਿਆਨ ਰੱਖਿਆ ਕਰ ਥੋੜ੍ਹਾ ਜਿਹਾ ਮੈਂ ਸਾਹਿਬ ਅੱਗੇ ਬੜੇ ਗਰਮੀ ਠੀਕ ਹੈ ਅੱਜ ਵੈਸੇ ਕੰਮ ਢਿੱਲਾ ਹੀ ਆ ਆਪਣਾ ਢਿੱਲਾ ਢੁੱਲਾ ਕੋਈ ਨਹੀਂ ਆ ਖਿੱਚ ਕੇ ਰੱਖੋ ਤੁਸੀਂ ਆਪਾਂ ਹੋਰ ਅੱਧਾ ਘੰਟਾ ਬਹਿ ਜਾਵਾਂਗੇ ਦੋ ਅੱਜ ਨਹੀਂ ਜਾਣ ਦੇਣੇ ਸਾਹਿਬ ਜੀ ਜਨਾਬ ਅੱਜ ਜੋੜਾ ਨਹੀਂ ਜਾਣ ਦੇਣਾ ਨਾ ਨਾ ਜਾਣ ਕਿਉਂ ਦੇਣਾ ਦੇਖੋ ਇਹਨਾਂ ਨੂੰ ਖੇੜੇ ਆ ਉਹ ਜਨਾਬ ਇਹ ਤੇ ਉਹੀ ਆ ਜਿਹੜੀਆਂ ਪਿਛਲੀ ਦੀਆਂ ਆਪਣੇ ਕੋਲ 1000 ਰੁਪਇਆ ਠੱਗੀਆਂ ਸੀ 1000 ਰੁਪਇਆ ਠੱਗੀਆਂ ਸੀ ਆਹੋ ਦੇਖੋ ਇਹਨਾਂ ਨੂੰ ਅੱਜ ਫਿਰ ਅੱਜ ਨਹੀਂ ਜਾਣ ਦਿੰਦੇ ਇਹਨਾਂ ਨੂੰ ਹਾਂ ਦੇਖੋ ਇਹਨਾਂ ਨੂੰ ਰੁਕਣਾ ਰੁਕਣਾ ਦੇਖੋ ਇਹਨਾਂ ਨੂੰ ਰੁਕੋ ਰੁਕੋ ਰੋਕੋ ਰੋਕੋ ਅੰਤੀ ਹੋਈ ਆ ਪਿਛਲੀ ਦੀ ਵੀ ਲਿਆ ਕੇ ਸਕੂਟਰੀ ਵਿੱਚ ਮਾਰਤੀ ਹੋਣੀ ਮਾਰਤੀ ਚੱਲ ਪਿਛਾਂ ਕਰ ਵੇ
ਜੇ ਪਿਛਲੇ ਵਾਰ ਸਕੂਟਰੀ ਵਿੱਚ ਵੱਜ ਗਈ ਨਾ ਤੂੰ ਕਦੇ ਮਰ ਨਹੀਂ ਕਦੇ ਗਿਆ, ਤੇ ਜੇ ਹੁਣ ਵੱਜ ਗਈ ਆ ਤੇ ਹੁਣ ਕਿਹੜਾ ਮਰ ਗਿਆ ਹੈ? ਵੇ ਗੱਲ ਸੁਣ, ਇਹ ਨਹੀਂ ਗੱਲ ਸੁਣ ਰਿਹਾ ਕੁੱਤੀ, ਅੱਜ ਆਪਾਂ ਫਸ ਗਈਆਂ ਜੀ। ਨਹੀਂ 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 ਆਪਾਂ ਕਿਤੇ ਫਸ ਗਈਆਂ, ਆਪਾਂ ਤੇ ਨਿਕਲ ਜਾਣਾ ਫਿਰ। ਤੂੰ ਵੀ ਬੜੀ ਬਾਰਾਂ ਤਾਲੀਆਂ, ਕੋਈ ਲਾ ਸਕੀਮ ਆ ਲੈ, ਤੂੰ ਸਕੀਮ ਹੈ ਮੈਂ ਲਵਾਂ, ਮੈਂ ਲਾਉਣ ਲੱਗੀ ਸਕੀਮ, ਉਹ ਕੰਮ ਕਰਾਂ ਹੈ, ਬਸ ਤੂੰ ਹੀ ਕੰਮ ਚੁੱਕ ਰੱਖੀ। ਹਾਏ ਮੈਂ ਮਰ ਗਈ ਬੇ, ਮੇਰਾ ਚੱਡ ਪੀੜਾ, ਹਾਏ ਹਾਏ ਮੇਰਾ ਚੱਡ ਪੀੜਾ ਹੋ ਗਈ, ਪਖੰਡ ਕਰਦੀ ਹੋਣੀ ਅੱਗੇ, ਮੇਰਾ ਚੱਡ ਪੀੜਾ, ਮੇਰਾ ਪਥਰੀ ਆ, ਮੇਰਾ ਪਥਰੀ ਆ, ਉਹ ਮੇਰਾ ਪਥਰੀ ਆ, ਮੇਰੀ ਨਾਲ ਭੈਣ ਨੂੰ ਵੀ ਆਉਂਦਾ ਠਾਂਦਰ ਪਸਾਬ, ਕਦੇ ਕੰਮ ਲੰਮਾ ਪੈ ਜਾਂਦਾ ਪਥਰੀ ਦਾ, ਆ ਜਾ ਆ ਜਾ ਆ ਜਾ, ਤੂੰ ਸਕੂਟਰੀ ਲਾਇਆ ਸਾਰੇ ਪਖੰਡ ਦੇ ਆ ਜਾ ਲਾ ਮੇਰੇ ਨਾਲ ਆ, ਚੱਲ ਚੱਲ ਤੂੰ ਪਥਰੀ, ਜਨਾਬ ਲੱਗਦਾ ਨਹੀਂ ਹੁਣ ਆਉਂਦੀਆਂ, ਉਹ ਲਾ ਗਈਆਂ ਚੂਨਾ ਲੱਗਦਾ, ਹੁਣ ਵੇਖੋ ਜਨਾਬ ਦੋਵੇਂ ਭੈਣਾਂ ਜਾਪਦੀਆਂ ਆ ਗਈਆਂ ਜੇ, ਆ ਗਈਆਂ ਭੈਣਾਂ ਆ ਗਈਆਂ ਜੇ, ਜਨਾਬ ਇਹ ਝੂਠ ਮਾਰਦੀਆਂ ਜੇ, ਮੈਂ ਤੁਹਾਨੂੰ ਅੱਗੇ ਆਖਿਆ ਸੀ, ਚੱਲ ਆ ਇੱਧਰ ਅਗਾਹੋ ਚੱਲ, ਜਨਾਬ ਤੁਸੀਂ ਸੱਚੇ ਜੇ, ਇਹ ਝੂਠ ਮਾਰਦੀਆਂ, ਇਹਨਾਂ ਨੂੰ ਕੋਈ ਪੱਥਰੀ ਪੁੱਥਰੀ ਨਹੀਂ ਹੈਗੀ, ਫਿਰ ਕੀ ਨਿਕਲਿਆ ਇਹਦਾ ਰਿਪੋਰਟ 'ਚ, ਇਹਨ ਤੇ ਜਵਾਕ ਹੋਣ ਆਏ, ਜਵਾਕ ਹੋਣ ਵਾਲਾ ਹਾਂ, ਤੇਰਾ ਤੈਨੂੰ ਵਧਾਈ ਹੋਵੇ, ਵਿੱਚ ਪਾੜੇ ਤੁਹਾਨੂੰ ਇਹ ਵਧਾਈ, ਕਾਹਦੀ ਇਹ ਵੇ, ਪਹਿਲਾਂ ਵਧਾਈ ਦਿਓ ਸਾਨੂੰ, ਕਿਹੜੀ ਗੱਲ ਤੋਂ, ਇਹ ਦਿਓ ਤਾਂ ਸਹੀ ਵਧਾਈ, ਉਹ ਦੇ ਇਹਨਾਂ ਨੂੰ ਯਾਰ 1,000 ਰੁਪਇਆ ਗਲੋਂ ਲਾ, ਓਏ ਆਲੋ ਮੇਰੀ ਭੈਣ ਦੇ ਹੋਣ ਵਾਲਾ ਜਵਾਕ, ਤੇ ਤੁਸੀਂ ਆਉਣਾ ਮਾਮੇ ਬਣ ਗਏ ਜੋ, ਹੈਲੋ ਹੈਲੋ ਇੱਧਰ ਆਓ, ਇਹ ਕਿੱਧਰੋਂ ਆਇਆ ਵਾ, ਸਾਰਾ ਦਿਨ ਕੁੱਤੇ ਖੱਸੀ ਖਸਤਾ ਰਹਿੰਦਾ ਵਾ, ਕਹਿੰਦੇ ਘਰ ਵੀ ਕਹਿੰਦੇ ਬਹਿ ਜਾ ਕਰ, ਇੱਦਾਂ ਕਿਵੇਂ ਗੱਲ ਸੁਣ, ਅੱਜ ਮੇਰਾ ਜੀ ਬੜਾ ਕਰਦਾ ਵਾ, ਫੜਿਆ ਵਾ ਤੇਰਾ ਹੈ, ਅੱਜ ਮੈਂ ਤੈਨੂੰ ਵੱਖਰੀ ਗੱਲ ਕਹਿਣ ਲੱਗੀ ਆ, ਕਿਹੜੀ ਵੱਖਰੀ, ਜੇ ਤੂੰ ਮੈਨੂੰ ਪਿਆਰ ਕਰਦਾ ਨਾ, ਮਜਬੂਰੀ ਨੂੰ ਕਰਨਾ ਪੈਂਦਾ, ਮਜਬੂਰੀ ਮੇਰਾ ਜੀ ਕਰਦਾ, ਅੱਜ ਅੱਜ ਮੈਨੂੰ ਤੂੰ ਗੰਨਾ ਲਿਆ ਕੇ ਦੇ, ਅੱਜ ਮੇਰਾ ਗੰਨਾ ਚੂਪਣ ਨੂੰ ਜੀ ਕਰਦਾ, ਗੰਨੇ ਗੁੰਨੇ ਕੀ ਅੱਜ ਮੇਰਾ ਹੋਰ ਕਿਸੇ ਚਿੱਤ ਨੀ ਕਰਦਾ ਕਿਸੇ ਚੀਜ਼ ਨੂੰ, ਤੇ ਅੱਜ ਮੇਰਾ ਗੰਨੇ ਨੂੰ ਚਿੱਤ ਕਰਦਾ, ਤੂੰ ਚੁੱਪਣਾ ਆਹੋ ਪੱਕਾ, ਆ ਤੇਰੀ ਸੌਂ ਲੱਗੇ, ਜੇ ਮੈਂ ਝੂਠ ਬੋਲਾਂ ਤੇ ਜਾਂਦਾ ਹੀ ਮਰ ਜੇ, ਹੈ ਉਹ ਲੱਗੇ ਹੈਗਾ ਵਾ, ਇਤਨਾ ਕਰ ਤੂੰ ਮੇਰਾ ਕਹਿਣਾ ਮੰਨ, ਤੂੰ ਸਿੱਧਾ ਜਾਏਗਾ ਨਾ ਥੋੜੇ ਸੱਜੇ ਮੁੜ ਜੀ, ਹੈ ਆਹੋ ਉੱਥੇ ਕਾਕੇ ਕਮਾਲੇ ਦਾ ਕਮਾ ਦੀ, ਉਹ ਤੂੰ ਕਿਹੜਾ ਨਾਂ ਲੈਦਾ ਈ ਕਾਕੇ ਕਮਾਲੇ ਦਾ, ਉਹਦਾ ਬੰਦਾ ਹੀ ਬੜਾ ਕੱਬੇ, ਉਹਦੇ ਥੱਲੇ ਲੰਮੇ ਪਾ ਕੇ ਢੁੰਦੇ ਆ, ਫਿਰ ਲੱਗ ਜਾਂਦੇ ਆ, ਤੂੰ ਕਿਉਂ ਨਹੀਂ ਜੀ
ਨਹੀਂ 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 ਕੁਝ ਨਹੀਂ ਗਏ ਉਹਦੇ ਮੈਂ ਲੋਕ ਬਕਵਾਸ ਕਰਦੇ ਰੌਲਾ ਪਾਉਂਦੇ ਉਹਦੇ ਬੰਦਾ ਨੇਕ ਵੈ ਨਹੀਂ 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 ਜਾ ਜਾ ਰੱਬ ਦਾ ਨਾਂ ਲੈ ਕੇ ਜਾ ਵਾਅਦਾ ਕੀਤਾ ਪੂਰਾ ਕਰਨਾ ਪਊਗਾ ਫਿੜੇ ਪੁੱਤਰ ਕਿਹੜੇ ਪਾਸੇ ਚੱਲ ਗਿਆ ਜਲਦੀ ਲੈ ਗਿਆ ਵੀ ਮੈਂ ਇੱਥੇ ਬੈਠੀ ਹੂੰ ਕਿੰਨਾ ਕਿੰਨਾ ਜ਼ਿਆਦਾ ਮਿੱਟੀ ਚਿੰਬਰ ਜਾਂਦਾ ਹੈਗਾ ਕਈ ਨੂੰ ਸਾਡੇ ਸਰਦਾਰ ਜੀ ਬੜਾ ਗੰਦਾ ਹੈਗੀ ਕਈ ਵਾਰੀ ਆਖੀ ਗਏ ਭਾਅ ਜੀ ਸਾਡਾ ਕਈ ਠੀਕ ਕਰਾ ਕੇ ਦਿਓ ਸਾਨੂੰ ਸਾਡਾ ਕਈ ਨਹੀਂ ਠੀਕ ਕਰਦੀ ਹੈਗੀ ਇੱਕ ਦੜਾਈ ਹੈਗੀ ਅਮਲੀ ਸੌਖਾ ਹੀ ਪੁੱਟਿਆ ਜਾਣਾ ਗੰਨਾ ਪੁੱਟਦੀ ਹੈਗੀ ਮੈਂ ਹੁਣੇ ਸਰਦਾਰ ਨੂੰ ਸਾਧ ਕੇ ਇਧਰੋਂ ਕਿਹਨੂੰ ਪੁੱਛ ਕੇ ਪੁੱਟਦੀ ਗੀ ਗੰਨਾ ਉਹ ਪੁੱਛਿਆ ਨੀ ਹੈਗਾ ਮੇਰੀ ਘਰ ਵਾਲੀ ਮੈਂ ਯਾਰ ਪੰਜਾਬੀਆਂ ਦਾ ਇਹਨਾਂ ਹਿੰਦੀ ਚ ਕੈਸੇ ਬਾਤ ਕਰੂੰਗਾ ਪਰੇ ਜਾਣਾ ਨੂੰ ਭਲੇਖਾ ਪੈਂਦੀ ਹੈਗੀ ਜਿੱਦਾਂ ਮੈਂ ਬੋਲਦੀ ਹੈਗੀ ਨਾ ਉਦਾਂ ਸਾਰੇ ਪੰਜਾਬੀ ਵੀ ਬੋਲ ਜਾਂਦੀ ਹੈਗੀ ਗੱਲ ਆ ਤਾਂ ਹਿੰਦੀ ਪੰਜਾਬੀ ਬਾਈ ਬਾਈ ਤੂੰ ਮੇਰੇ ਨਾਲ ਨਾ ਜ਼ੋਰ ਲਵਾ ਆਪਾਂ ਗੰਨਾ ਪੁੱਟੀਏ ਹਾਂ ਸੱਚ ਆ ਜਾ ਉਹ ਤੂੰ ਗੰਨਾ ਕਦਲੀ ਪੁੱਟਦੀ ਗੀ ਸਾਡੇ ਸਰਦਾਰ ਜੀ ਆ ਗਏ ਨਾ ਮਾਰ ਮਾਰ ਕੇ ਤੂਆ ਕੱਢਦੀ ਨਹੀਂ ਕਿ ਤੇਰਾ ਜਿਹੜਾ ਤੂਆ ਕੱਢਦੀ ਹੈਗੀ ਮੈਂ ਵੇਖੀ ਉਹਨੂੰ ਕੀ ਕਰਦੇ ਹੈਗਾ ਮੈਂ ਨਹੀਂ ਕਿਸੇ ਤੋਂ ਡਰਦਾ ਹੈਗਾ ਮੈਂ ਹੁਣੇ ਆਪਣੀ ਸਰਦਾਰ ਨੂੰ ਸੱਦ ਕੇ ਲਿਆਉਂਦੀ ਗੀ ਹੁਣੇ ਤੇਰਾ ਤੂੰ ਕਰ ਦਿੰਦੀ ਹੈਗੀ ਜਾ ਤੂੰ ਛੇਤੀ ਜਾ ਮੈਂ ਉਹਨਾਂ ਦੇ ਉਹ ਜੇਤੀ ਜਾ ਇੱਥੇ ਹੀ ਖੜਾ ਯਾਰ ਉਹ ਲੈ ਜਿੰਨਾ ਲੈ ਕੇ ਆਉਣਾ ਹੁਣ ਉਹਦੇ ਸਾਹਮਣੇ ਹੀ ਪੁੱਟਣਾ ਡਰਦੇ ਆ ਕੇ ਕੋ ਹਾਂ ਐਵੇਂ ਕਹਵੇਂ ਸਮਝਿਆ ਸਾਨੂੰ ਲਾਵਾ ਅੱਜ ਕੱਲ੍ਹ ਚੋਰੀਆਂ ਬਹੁਤ ਹੁੰਦੀਆਂ ਵਾ ਹਾਂਜੀ ਜ਼ਰੂਰ ਸਾਬੀ ਮੈਂ ਤੈਨੂੰ ਵੀ ਕਹਿੰਦਾ ਵਾਂ ਜੀ ਸਰ ਤੇ ਖੇਤਾਂ ਵਾਲਾ ਗੇੜਾ ਛੇੜਾ ਰੱਖਿਆ ਕਰੋ ਠੀਕ ਹੈ ਸਰ ਠੀਕ ਹੈ ਉਦਾਂ ਮੈਂ ਭਈਆ ਰੱਖਿਆ ਬਹੁਤ ਇਮਾਨਦਾਰ ਹੈ ਬੰਦਾ ਜੀ ਜੀ ਸਰਦਾਰ ਜੀ ਹਾਂਜੀ ਹਾਂਜੀ ਸਰਦਾਰ ਜੀ ਉਹ ਗੰਨਾ ਤੋਰੀ ਜਾਂਦੀ ਹੈਗੀ ਕੌਣ ਉਹ ਰੱਤਾ ਅਮਲੀ ਜਿਹੜੀ ਹੈਗੀ ਕਿਹੜੀ ਅਮਲੀ ਹੈਗੀ ਚਲੋ ਤੇਰੀ ਆ ਮੈਂ ਨਹੀਂ ਡਰਦੀ ਹੈਗੀ ਕਿਸੇ ਤੋਂ ਆਇਓ ਕੋਈ ਨਹੀਂ ਡਰਦੇ ਮੈਂ ਡਰ ਪਾਉਣਾ ਨੂੰ ਚਲ ਕੋਈ ਛੋਟਾ ਪੁੱਟ ਕੇ ਵੇਖ ਲੈ ਡਰਦੀ ਨੀ ਕਹਿੰਦੇ ਮੈਨੂੰ ਇਹ ਦੱਸ ਅਮਲੀਆ ਤੂੰ ਗੰਨਾ ਕਦ ਵੀ ਪੁੱਟਣ ਡਿਆ ਵਾ ਵੇਖੋ ਜੀ ਸਰਪੰਚ ਸਾਹਿਬ ਗੱਲ ਸਰਪੰਚ ਥੋੜੀ ਸੱਚ ਤੇ ਮੈਲ ਕੋ ਗੱਲ ਇਦਾਂ ਆ ਕਿ ਕਿਹੜਾ ਬੰਦਾ ਜਿਹੜਾ ਆਪਣੀ ਜਨਾਨੀ ਦੀ ਗੱਲ ਨਹੀਂ ਮੰਨਦਾ ਠੀਕ ਹੈ ਤੂੰ ਤਾਂ ਕੁਆਰਾ ਲੱਗਦਾ ਤੂੰ ਪਹਿਲਾਂ ਹੀ ਮੰਨੀ ਜਾਂਦਾ ਠੀਕ ਹੈ ਕੁਛ ਤੇਰਾ ਮੇਰੀ ਘਰ ਵਾਲੀ ਨੇ ਮੈਨੂੰ ਕਿਹਾ ਸੀ ਵੀ ਤੂੰ ਨਾ ਜਾ ਕੇ ਗੰਨਾ ਪੁੱਟ ਕੇ ਲਿਆ ਵੀ ਮੈਂ ਗੰਨਾ ਚੁਪਣਾ ਆ ਉਹ ਕਮਾਲ ਤੇਰੇ ਪਿਓ ਨੇ ਲਾਇਆ ਅਮਲੀਆ ਉਹ ਤੇਰੇ ਪਿਓ ਨੇ ਲਾਇਆ ਓਏ ਓਏ ਗਾਂਠੋਂ ਨੂੰ ਫੜੋ ਓਏ ਲਾਓ ਮੈਂ ਜਾ ਲਾ 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 ਮੈਂ ਜਾ ਲਾਲਾਂ ਡਿੱਗਣ ਦੀਆਂ ਅੱਜ ਮੇਰਾ ਇਹੋ ਜੀ ਕਰਦਾ ਵੀ ਗੰਨਾ ਚੂਪਾ
ਦੁੱਧ ਨੂੰ ਮੇਰਾ ਜੀ ਨਹੀਂ ਕਰਦਾ, ਬਰਫੀ ਅੰਦਰ ਪਈ ਉਹਦਾ ਨੂੰ ਜੀ ਨਹੀਂ ਕਰਦਾ, ਇਹ ਨਾ ਹੋਵੇ ਭਈ ਉਹਨੂੰ ਕਦੇ ਫੜ ਲਿਆ ਹੋਵੇ ਹੈ ਕਾਕੇ ਕਮਾਲੇ ਨੇ, ਕਦੇ ਇਹ ਨਾ ਹੋਵੇ ਫੜ ਕੇ ਕੁੱਟਿਆ ਹੋਵੇ ਪੁੱਠਿਆ ਕਰਕੇ, ਤੇ ਕੋਈ ਨੀ ਗਾ ਆ ਜਾਂਦਾ ਠੀਕ ਤਾਂ ਨਹੀਂ ਹੋਰ ਦੋ ਚਾਰ ਮਿੰਟ ਹੈ ਚਾੜਿਓ ਮੇਰਿਆ ਚੰਦਾ ਕਦੋਂ ਘਰ ਆਊਗਾ ਬੰਦਾ। ਉਹ ਦੰਦ ਕੱਢੀ ਜਾਣੀ ਆ ਚੜ ਕੇ ਭੇੜਾ ਚੰਦਾ ਆ ਗਿਆ ਤੇਰਾ ਬੰਦਾ ਉਹਨੇ ਭੇਜਿਆ ਕਰਕੇ ਨੰਗਾ।